बीते दिन संगरूर दे सरकारी स्कूल दे विच खाना खान तो बाद 60 बच्चे बीमार होए। हालांकि सिख्या मंत्री वालों इस दे उत्ते सख्त एक्शन लेंदे हुए कार्रवाई करके स्कूल दा लाइसेंस रद्द कीता सी। हाले मामला ठंडा ही नहीं होया सी कि निकोदर दे विचों भी एक अजिहा मामला सामने आया जिथों दे एक स्कूल दे विचों मामला सामने आया जिथे पानी पीण दे नाल 10 तों 12 बच्चे अचानक बीमार हो गए, जिन्हां नूं स्कूल दे स्टाफ दे वल्लों निकोदर दे निजी हस्पताल दे विच दाखल करवाया गया। बच्चों के माँ प्यो का कहना है कि स्कूल का प्रशासन बच्चों के लिए बहुत ही ज़्यादा लापरवाह है। बच्चों के कहन मुताबक स्कूल के पानी वाले कूलर में छिपकलियां ते चूहे मरे पए सन। नकोदर के कॉन्वेंट स्कूल में पानी पीने के नाल जो बच्चे बीमार होए हैं उन्होंने परिवारक मैंबर बहुत ही ज़्यादा निराश नज़र आ रहे हैं। तो परिवारक मैंबर का कहना है कि स्कूल का प्रशासन पूरी तरह ना लापरवाह है। इस संबंधी निजी हस्पताल के डॉक्टर का कहना है कि नकोदर के लोकल कॉन्वेंट स्कूल तो पानी पीने तो बाद विद्यार्थी बीमार हुए सन, जिस तो बाद उन्होंने उल्टियां ते फूड पॉइजनिंग की शिकायत देखने मिल रही है। फिलहाल बच्चे खतरे तो बाहर ने ते इलाज लगातार किया जा रहा है। बच्चे की गल हुई रघुवीर जी की गलबात हुई है? ਮੈਨੂੰ ਜੀ ਹੁਣੇ ਫੋਨ ਗਿਆ ਸੀ ਵੀ ਬੱਚਿਆਂ ਨੇ ਗੰਦਾ ਪਾਣੀ ਪੀ ਲਿਆ ਤੇ ਉਹਦੇ ਨਾਲ ਇਹ ਬਿਮਾਰ ਹੋਏ ਆ। ਕਿਹੜੇ ਸਕੂਲ ਦੇ ਆ? ਇਸ ਸੈਂਟ ਜੂਡ ਕਨਵੈਂਟ ਸਕੂਲ ਦੇ। ਪਹਿਲਾਂ ਵੀ ਕੋਈ ਪ੍ਰੋਬਲਮ ਆਈ ਇਸ ਤਰ੍ਹਾਂ ਦੀ? ਪਹਿਲਾਂ ਤਾਂ ਚਲੋ ਪਾਣੀ ਦੀ ਤਾਂ ਨਹੀਂ ਆਈ, ਥੋੜ੍ਹਾ ਇਹਨਾਂ ਦਾ ਜਿਹੜਾ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਦਾ ਬੱਚਿਆਂ ਪ੍ਰਤੀ ਜਿਹੜਾ ਬਿਹੇਵੀਅਰ ਆ ਉਹ ਫਰੈਂਡਲੀ ਨਹੀਂ ਹੈਗਾ। ਇੱਕ ਦਿਨ ਇਹ ਬੱਚੇ ਬਾਥਰੂਮ ਗਏ, ਇਹਨਾਂ ਨੂੰ ਉੱਥੇ ਪੇਸ਼ ਕਰ ਲਿਆ ਅਤੇ ਕਾਫੀ ਟਾਈਮ ਉੱਥੇ ਰੱਖਿਆ, ਇਹਨਾਂ ਦੀ ਬੱਸ ਵੀ ਲੰਘ ਗਈ। ਮੁੜ ਕੇ ਇਹਨਾਂ ਛੱਡਣ ਦਾ ਵੀ ਕੋਈ ਪ੍ਰਬੰਧ ਨਹੀਂ, ਇਸ ਕਰਕੇ ਬਹੁਤ ਲਾਪਰਵਾਹ ਆ ਇਹਨਾਂ ਦਾ ਪ੍ਰਸ਼ਾਸਨ ਜਿਹੜਾ ਹੈ। ਜਿੱਦਾਂ ਹੁਣ ਬੱਚੇ ਬਿਮਾਰ ਹੋਏ ਹੈਗੇ ਆ, ਕੋਈ ਇਹਨਾਂ ਦਾ ਆਇਆ ਇਹਨਾਂ ਦਾ ਪ੍ਰਿੰਸੀਪਲ ਵਗੈਰਾ ਜਾਂ ਕੋਈ ਹੋਰ ਸਟਾਫ ਦਾ ਮੈਂਬਰ? ਸਾਨੂੰ ਫੋਨ ਆਇਆ, ਮੈਂ ਹੁਣੇ ਹੀ ਆਇਆ, ਮੈਂ ਵੀ ਔਨ ਡਿਊਟੀ ਸੀਗਾ। ਓਕੇ ਹਾਂਜੀ। ਕਿਹੜੀ ਜਗ੍ਹਾ ਤੋਂ ਤੁਸੀਂ? ਮੇਰਾ ਪਿੰਡ ਚਾਨੀ ਆ ਜੀ। ਹਾਂਜੀ ਬੇਟਾ, ਕੀ ਨਾਮ ਆ? ਕੀ ਗੱਲਬਾਤ ਹੋਈ ਆ? ਸਰ ਅਸੀਂ ਪਾਣੀ ਪੀਣ ਗਏ ਹਾਂ ਫਿਲਟਰ ਦੇ ਵਿੱਚ, ਅਤੇ ਉਹ ਪਾਣੀ ਪੀਤਾ ਅਤੇ ਸਮੈਲ ਜੀ ਆਈ, ਅਸੀਂ ਕਿਹਾ ਹੁੰਦੇ ਸਾਨੂੰ ਲੱਗਾ, ਫਿਰ ਅਸੀਂ ਫਿਰ ਪੀਤਾ ਬੋਤਲ, ਜਦੋਂ ਖੁੱਲ੍ਹੀ ਬੋਤਲ ਭਰ ਕੇ ਲਈ ਉਹਨੂੰ ਬਹੁਤ ਜ਼ਿਆਦਾ ਸਮੈਲ ਆਈ ਅਤੇ ਫੀਲ ਹੋਇਆ, ਫਿਰ ਚੂਹੇ ਮਰਨ ਦਿੰਦਾ ਸਮੈਲ ਆਉਂਦੀ ਵੀ ਕੁਛ ਨਾ ਕੁਛ ਹੈਗਾ। ਫਿਰ ਅਸੀਂ ਪ੍ਰਿੰਸੀਪਲ ਤੋਂ ਗਏ, ਉਹ ਜ਼ਿਆਦਾ ਹਾਲਤ ਖਰਾਬ ਹੋ ਗਈ, ਸਮੈਲ ਨਾ ਉਲਟੀਆਂ ਵਗੈਰਾ ਆਉਣ ਲੱਗ ਗਈਆਂ ਸੀ। ਦੋ ਇੱਕ ਵਾਰੀ ਉਲਟੀ ਕਰਕੇ ਫਿਰ ਸਿਸਟਰ ਕੋਲ ਗਏ, ਔਫਿਸ ਵਿੱਚ ਗਏ, ਉਹਨਾਂ ਨੂੰ ਕਿਹਾ, ਉਹਨਾਂ ਨੇ ਫਿਰ ਚੈੱਕ ਕਰਾਇਆ, ਵਿੱਚ ਚੂਹਾ ਮਰਿਆ ਹੋਇਆ ਛਿਪਕਲੀ ਹੁੰਦਾ ਜਿੰਦੀ ਘੁੰਮਦੀ ਪਈ ਫਿਲਟਰ ਦੇ ਵਿੱਚ, ਨੋਰਮਲ ਟੈਪਸ ਵਿੱਚ ਨਹੀਂ। ਉਸ ਤੋਂ ਬਾਅਦ ਫਿਰ ਉਹਨਾਂ ਇੱਧਰ ਫਿਰ ਸਾਰਿਆਂ ਨੂੰ ਬਹੁਤ ਜ਼ਿਆਦਾ ਉਲਟੀਆਂ ਆਉਣ ਲੱਗ ਗਈਆਂ, ਫਿਰ ਸਾਰੇ ਕਈ ਬੱਚੇ ਰੋਣ ਲੱਗ ਗਏ, ਫਿਰ ਸਾਨੂੰ ਇੱਥੇ ਲੈ ਕੇ ਆਏ ਹੋਸਪਿਟਲ। ਕਿਹੜਾ ਸਕੂਲ ਆ? ਕੋਨਵੈਂਟ ਸਕੂਲ, ਸੇਂਟ ਜੂਸ ਕੋਨਵੈਂਟ ਸਕੂਲ। ਕਿਹੜੀ ਜਗ੍ਹਾ ਤੋਂ ਤੁਸੀਂ? ਗੋਦਰ। ਤੁਸੀਂ ਕਿਹੜੀ ਜਗ੍ਹਾ ਤੋਂ? ਗੋਦਰ ਤੋਂ। ਆਕਾਸ਼, ਕੀ ਗੱਲਬਾਤ ਹੋਈ ਆ? ਸਰ ਪਾਣੀ ਪੀਤਾ ਸੀਗਾ ਵੀ ਪਤਾ ਸੀ, ਉਧਰੋਂ ਢੇੜੀਆਂ ਦੁਖਣ ਲੱਗ ਗਿਆ, 10-10 ਬੱਚਿਆਂ ਦਾ ਉਲਟੀਆਂ ਆਉਂਦੀਆਂ ਸੀਗੀਆਂ, ਫਿਰ ਉਹ ਪ੍ਰੋਬਲਮ ਜ਼ਿਆਦਾ ਵੱਧ ਗਈ ਵੀ ਇੱਥੇ ਗਿਆ। ਕਿਹੜਾ ਸਕੂਲ ਆ? ਆਪਣਾ ਕੋਨਵੈਂਟ ਦੇ ਗੋਦਰ ਜੀ। ਅਤੇ ਇਹਦੇ ਬਾਰੇ ਤੁਸੀਂ ਪ੍ਰਿੰਸੀਪਲ ਮੈਡਮ ਨੂੰ ਜਾਂ ਤੁਹਾਡਾ ਕੋਈ ਸਟਾਫ ਦਾ ਮੈਂਬਰ ਆਇਆ ਇੱਥੇ? ਇੱਥੇ ਸਾਰੇ ਟੀਚਰ ਆਏ ਹੋਏ ਆ ਜੀ। ਆਏ ਹੋਏ ਆ? ਟੀਚਰਸ ਲੈ ਕੇ ਆਏ ਸਰ। ਰਮੇਸ਼ ਜੀ, ਕੀ ਗੱਲਬਾਤ ਹੋਈ ਆ ਹੁਣ? ਪਤਾ ਨਹੀਂ, ਸਕੂਲ ਤੋਂ ਕਾਲ ਆਈ ਸੀ ਜੀ, ਕਹਿੰਦੇ ਜੀ ਬੱਚਿਆਂ ਨੇ ਪਾਣੀ ਪੂਣੀ ਪੀਤਾ ਹੈ, ਵੋਮਿਟ ਹੋਈ ਹੈ ਅਤੇ ਹਸਪਿਟਲ ਲੈ ਆਏ, ਮੈਂ ਪਹੁੰਚਿਆ ਜਾਂਦੇ ਦੱਸਣਾ। ਅਤੇ ਕੀ ਪ੍ਰੋਬਲਮ, ਕੀ ਇਹਨਾਂ ਨੇ ਦੱਸਿਆ ਹੈਗਾ? ਕੁਛ ਨਹੀਂ ਪਤਾ ਜੀ, ਇਹਨਾਂ ਹੀ ਪਤਾ ਜੀ ਪਾਣੀ ਪੀਤਾ ਹੈ ਅਤੇ 8-10 ਬੱਚਿਆਂ ਨੂੰ ਵੋਮਿਟ ਆਈ ਆ, ਉਹਨਾਂ ਨੂੰ ਹਸਪਿਟਲ ਲੈ ਆਏ ਆ। ਪੱਕੀ ਹੁਣ ਆਏ ਆ, ਦੇਖਦੇ ਹਾਂ ਕੀ ਹੈ, ਕੀ ਨਹੀਂ, ਕੀ ਹੋਇਆ। ਹਾਂਜੀ ਸਰ, ਸਰ ਕੀ ਪ੍ਰੋਬਲਮ ਕੀ ਆਈ ਹੈ ਇਹ ਸਕੂਲ 'ਚ? ਪ੍ਰੋਬਲਮ ਸਰ ਉਦੀ ਤਾਂ ਜਿੱਦਾਂ ਕਿ ਬੱਚੇ ਗਏ ਸੀ ਬਾਹਰ ਪਾਣੀ ਪੀਣ ਵਾਸਤੇ,
ਹਾਂ ਪਾਣੀ ਜਦ ਪੀ ਕੇ ਆਏ ਤਾਂ ਉਸ ਵੇਲੇ ਤਾਂ ਇਹਨਾਂ ਨੂੰ ਕੁਛ ਲੱਗਿਆ ਨਹੀਂ, ਪਾਣੀ ਵੀ ਮਤਲਬ ਠੀਕ ਸੀ, ਤਾਂ ਜਦ ਇਹਨਾਂ ਨੂੰ ਬੋਟਲ ਵਿੱਚ ਭਰ ਕੇ ਲੈ ਕੇ ਆਏ ਹੋਣੇ ਆ ਨਾ ਮੇਰੇ ਹਿਸਾਬ ਨਾਲ, ਤਾਂ ਕਲਾਸ 'ਚ ਜਦ ਪੀਣ ਲੱਗ ਗਏ ਸੀ ਤਾਂ ਉਸ ਵੇਲੇ ਇਹਨਾਂ ਨੂੰ ਥੋੜ੍ਹੀ ਜਿਹੀ ਮਹਿਸੂਸ ਹੋਇਆ। ਪਰ ਬੱਚਿਆਂ ਵੱਲੋਂ ਕਿਹਾ ਜਾ ਰਿਹਾ ਕਿ ਜਿਵੇਂ ਕਿ ਛਿਪਕਲੀ ਵਗੈਰਾ ਜਿਹੜੀ ਹੈਗੀ ਆ ਪਾਣੀ ਦੇ ਵਿੱਚ ਸੀਗੀ, ਇਸ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਬੌਂਡਿੰਗ ਵਗੈਰਾ ਹੋਣੀਆਂ ਸ਼ੁਰੂ ਹੋ ਗਈਆਂ। ਇੱਦਾਂ ਹੈ ਜੀ ਕਿ ਮੇਰਾ ਬੱਚਾ ਨਾ ਆਪ ਹੀ ਗਿਆ ਹੋਇਆ ਸੀ ਪ੍ਰਿੰਸੀਪਲ ਸਾਹਿਬਾਂ ਦੇ ਨਾਲ, ਇਕੱਠੇ ਗਿਆ ਸੀ, ਉਹਨਾਂ ਨੇ ਆਪ ਹੀ ਦੇਖਿਆ ਉੱਥੇ ਜਾ ਕੇ, ਤਾਂ ਇਹਨੇ ਦੇਖਿਆ ਪ੍ਰਿੰਸੀਪਲ ਮੈਡਮ ਹੋਏ ਸੀਗੇ, ਤਾਂ ਤਿੰਨ ਚਾਰ ਹੋਰ ਬੱਚੇ ਸੀਗੇ, ਤਾਂ ਇਹੀ ਦੱਸ ਸਕਦੇ ਹਾਂ ਆਪਾਂ ਤਾਂ ਉੱਥੇ ਜਾ ਕੇ। ਕਿੰਨੇ ਟੋਟਲ ਬੱਚੇ ਹੈਗੇ ਆ? ਟੋਟਲ ਸਰ ਇੱਥੇ 12 ਐਡਮਿਟ ਆ ਇਸ ਵੇਲੇ। ਓਕੇ, ਮਤਲਬ ਜ਼ਿਆਦਾ ਉਹਨਾਂ ਨਹੀਂ ਹੈਗਾ, ਪੇਟ 'ਚ ਇਹਨਾਂ ਨੂੰ ਥੋੜ੍ਹਾ ਦਰਜੀ ਚੱਕਣ ਜੀ। ਅਤੇ ਇਹਦੀ ਇਨਕੁਆਇਰੀ ਕੀਤੀ ਜਾਵੇਗੀ ਕੋਈ? ਬਿਲਕੁਲ, ਹਰ ਇੱਕ ਚੀਜ਼ ਦੀ। ਠੀਕ, ਤਾਂ ਜਿਹੜਾ ਹੋ ਗਿਆ ਜ਼ਰੂਰ ਉਹਦੇ ਬਾਰੇ ਗੱਲਬਾਤ ਹੋਊਗੀ, ਵਿਚਾਰ ਵਿਮਰਸ਼ ਹੋਊਗਾ, ਜੋ ਬਣ ਕੇ ਕਾਰਡ ਹੋਊਗਾ ਦੇਖੀ ਦੇਖੋ। ਤੁਹਾਡਾ ਸ਼ੁਭ ਨਾਮ? ਮੈਂ ਮੇਕੀ ਸ਼ਰਮਾ ਜੀ, ਮੈਂ ਇਸ ਸਕੂਲ 'ਚ ਪਿਛਲੇ 28 ਸਾਲ ਤੋਂ ਪੜ੍ਹਾ ਰਿਹਾ ਸੀ, ਸੇਵਾ ਵਿੱਚ ਨਾ ਬੱਚਿਆਂ ਦੀ, ਬੱਚਿਆਂ ਮੇਰੀ ਜ਼ਿੰਦਗੀ ਹੈ। ਸਰ ਅੱਜ ਜਿਹੜੇ ਇੱਕ ਸਕੂਲ ਦੇ ਬੱਚੇ ਹੈਗੇ, ਕਿਹੜੇ ਸਕੂਲ ਦੇ ਬੱਚੇ ਆਏ ਇਹ? ਪਰ ਲੋਕਲ ਸਕੂਲ ਹੈ ਕੋਈ, ਜਿੱਥੋਂ ਬੱਚੇ ਹੈਗੇ ਟੀਚਰ 10-12 ਬੱਚੇ ਹੈਗੇ, ਪਰ 15 ਸ਼ਾਇਦ ਜਿਹਨਾਂ ਨੂੰ ਨੌਜ਼ੀਆ, ਵੋਮਿਟਿੰਗ, ਢਿੱਡ ਦੁਖਣਾ ਇਹ ਸਾਰੇ ਸ਼ਮਟਮ ਬਣਾਏ ਆ। ਕਹਿੰਦੇ ਵੀ ਕੁਛ ਕੋਈ ਪਾਣੀ ਵਗੈਰਾ ਠੀਕ ਨਹੀਂ ਸੀ, ਕੁਛ ਪੀਤਾ ਗਿਆ, ਉਹਨਾਂ ਫੂਡ ਪੋਇਜ਼ਨਿੰਗ ਵਾਲਾ ਸਿਮਟਮ ਆਏ ਆ, ਟ੍ਰੀਟਮੈਂਟ ਚੱਲ ਰਿਹਾ, ਪੇਸ਼ੈਂਟ ਸਾਰੇ ਸਟੇਬਲ ਹੈਗੇ। ਕੋਈ ਪ੍ਰੋਬਲਮ ਤਾਂ ਨਹੀਂ ਹਾਲੇ ਫਿਲਹਾਲ ਤਾਂ? ਕੋਈ